મોડી કરી એગર વાલ સાફ કરી ਪ੍ਰੋਪਰ ਡੋਲ ਖੋਲਣਾ ਪੈਣਾ ਆ ਖੋਲ ਲਿਆ ਹੁਣ ਬੈਪਰ ਮਸ਼ੀਨ ਖੋਲਾਂਗੇ ਫਿਰ ਉਸ ਤੋਂ ਬਾਅਦ ਬੈਟਰੀ ਖੋਲ ਕੇ ਏਸੀ ਬਾਹਰ ਕੱਢਾਂਗੇ ਏਸੀ ਬਾਹਰ ਕੱਢਣ ਤੋਂ ਬਾਅਦ ਮੈਨੂ ਫੋਲਡ ਫਿਰ ਕੱਢਾਂਗੇ ਗੇਅਰ ਵਾਲ ਸਾਰਾ ਕੰਪਲੀਟ ਬਾਹਰ ਕੱਢ ਕੇ ਲੈ ਕੇ ਆਵਾਂਗੇ ਪਹਿਲਾਂ ਖੋਲੀਏ ਸਟੈਪ ਬਾਈ ਸਟੈਪ ਖੋਲ ਕੇ ਮਸ਼ੀਨ ਅੱਗੇ ਸਾਫ ਇਹਨੂੰ ਕਲੀਨ ਕਰਨ ਤੋਂ ਬਾਅਦ ਲਗਾਈਏ ਇਹਨਾਂ ਦੇ ਇਹ ਹਾਲ ਹੁੰਦਾ ਜੋ ਆਪਾਂ ਇਹ ਵੱਲ ਕਰਦੇ ਪਿਕਅਪ ਪ੍ਰੋਬਲਮ ਸਾਰੇ ਏਅਰ ਵਾਲੇ ਪੁਆਇੰਟ ਬੰਦ ਹੋਏ ਹੋਏ ਆ ਗੱਡੀ ਜਲਦੀ ਜਲਦੀ ਬੰਦ ਹੋ ਜਾਂਦੀ ਇਹਦੇ ਨਾਲ ਅਤੇ ਪ੍ਰੋਪਰ ਸਾਹ ਨਾ ਗੱਡੀ ਨੱਕ ਵਾਲਾ ਪਾ ਸਾਰੇ ਬੰਦ
ਹਾਂ ਯਾਰ ਵਿੱਚ ਮਾਰ ਦੇ ਚੰਗੀ ਤਰ੍ਹਾਂ ਉਹ ਤੇ ਹਾਂ ਜੀ ਰੀਜਾ ਦੱਬ ਕੇ ਮਾਰ ਇੱਕ ਬਾਲ ਜਾ ਦੇ ਵਿੱਚ ਦਵਾਲ ਉਹ ਪਰਾਂ ਦੀ ਹੱਥ ਪਾਰ ਮਾਰ ਵਿੱਚ ਓਕੇ ਸਾਫ ਹੋ ਗਿਆ ਕੋਈ ਅਸਤਾ ਮੈਨੀਫੋਲਡ ਬਾਕੀ ਹੋਰ ਕਸ ਹੋ ਗਈ ਸਟਾਰਟ ਸੌਣ ਦਾ ਦੇਖ ਲਾ ਕਿੰਨਾ ਫਰਕ ਪੈ ਗਿਆ ਨਾ ਗੱਡੀ ਪਹਿਲੀ ਸਾਲ ਮੈਂ ਸਟਾਰਟ ਹੋਈ ਆ ਓਕੇ ਪਾਣੀ ਪਾ ਦਈਏ ਕੱਲ੍ਹ ਕੂਲੈਂਟ ਵੀ ਪਾਈਏ ਫਿਰ ਇਹ 'ਚ ਸੌਣ ਤਾਂ ਠੀਕ ਆ ਨਾ ਗੱਡੀ ਦਾ